नमस्कार, प्लैनेट आयुर्वेदा में आपका बहुत बहुत स्वागत है। जैसा कि आप जानते हैं, हम आपके साथ पेशेंट्स की जर्नी, पेशेंट्स के रिव्यूज़ शेयर करते हैं ताकि आपको भी जानकारी मिल सके। और अगर आप भी किसी प्रॉब्लम से जूझ रहे हैं, किसी समस्या से परेशान हैं, तो परेशान मत होइए और सीधा चले आइए प्लैनेट आयुर्वेदा पे, क्योंकि आयुर्वेद का ख़जाना इतना महान है कि आपको उसमें हर प्रॉब्लम का सोल्यूशन मिल सकता है। बस ज़रूरत है उसे अपनाने की, उसे तरीके से फॉलो करने की। तो ऐसे ही एक पेशेंट है हमारे साथ जिन्होंने पूरी शिद्दत से अपने मेडिसिंस के साथ साथ अपनी डाइट फॉलो की और बिल्कुल स्वस्थ होके आज हमारे साथ बैठे हैं। तो चलिए इनसे जानते हैं कैसा था इनका सफ़र। नमस्कार सर। नमस्कार। सर क्या नाम है आपका पहले तो नाम? सिमरजीत से। सिमरजीत जी, कहाँ से हैं आप? अमृतसर। जी, तो सर अमृतसर से प्लैनेट आयुर्वेदा कैसे आना हुआ आपका? मैडम मेरे ना यानी के मदर इन लॉ इथों उन्हां नूं कैंसर दी प्रॉब्लम सी। अच्छा जी। ਤੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਸੀ ਇਥੋਂ। ਠੀਕ ਹੈ। ਤੇ ਉਹਨਾਂ ਦੇ ਨਾਲ ਫਿਰ ਇੱਕ ਦੋ ਵਾਰੀ ਇਸ ਤਰ੍ਹਾਂ ਮੈਂ ਆਪਣੀ ਮੈਡੀਸਨ ਲੈਣ ਆਇਆ। ਤੇ ਪਹਿਲਾਂ ਤੇ ਜਿੱਦਾਂ ਵੇਖੋ ਕੋਈ ਵੀ ਕਿਸੇ ਦੀ ਦੱਸ ਪਾਉਂਦਾ ਡਾਕਟਰ ਹਰ ਕੇ ਪਾਉਂ ਤੇ ਪਤਾ ਹੁੰਦਾ ਕਿ ਬੰਦੇ ਨੂੰ ਹੁੰਦਾ ਕਿ ਪਤਾ ਨਹੀਂ ਇਥੋਂ ਮੈਂ ਠੀਕ ਹੋਣਾ ਕਿ ਨਹੀਂ ਹੋਣਾ। ਪਰ ਮੈਨੂੰ ਮੈਡਮ ਪਹਿਲੇ ਹਫਤੇ ਹੀ ਰਿਲੀਫ ਮਿਲ ਗਿਆ ਸੀ ਜਦੋਂ ਮੈਂ ਡਾਕਟਰ ਸਾਹਿਬ ਡਾਕਟਰ ਵਿਕਰਮ ਚੌਹਾਨ ਜੀ ਨਾਲ ਮਿਲਿਆ। ਜੀ ਜੀ। ਤੋ ਸਰ ਪ੍ਰੋਬਲਮ ਹੋਈ ਕਿਆ ਥੀ ਆਪਕੋ? ਕੈਸੇ ਪਤਾ ਚਲਾ ਥਾ ਉਸ ਪ੍ਰੋਬਲਮ ਕੇ ਬਾਰੇ ਮੈਂ? ਮੈਡਮ ਮੈਨੂੰ ਨਾ ਜਿਸ ਤਰ੍ਹਾਂ ਮੇਰੇ ਲੀਵਰ ਦੇ SGPT ਤੇ OTPT ਬਾਰ-ਬਾਰ ਜਿਹੜੇ ਵੱਜ ਜਾਂਦੇ ਸੀ, ਮੈਂ ਐਲੋਪੈਥੀ ਮੈਡੀਸਨ ਪਹਿਲਾਂ ਲੈਂਦਾ ਸੀ ਅੰਮ੍ਰਿਤਸਰ ਤੋਂ। ਉਹ ਜਿੰਨਾ ਟਾਈਮ ਮੈਂ ਉਹ ਮੈਡੀਸਨ ਲੈਂਦਾ ਸੀ ਉਹਨਾਂ ਟਾਈਮ ਉਹ ਠੀਕ ਰਹਿੰਦੇ ਸੀ। ਜਦੋਂ ਮੈਡੀਸਨ ਯਾਨੀ ਕਿ ਛੱਡ ਦਿੰਦਾ ਹਾਂ ਤਾਂ ਉਹ ਫੇਰ ਅਪ ਹੋ ਜਾਂਦੇ। ਅੱਛਾ ਜੀ। ਤੇ ਫਿਰ ਇਹ ਮੈਡੀਸਨ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਕਿ 3 ਮਹੀਨੇ ਤੁਸੀਂ ਰੈਗੂਲਰ ਲੈਣੀ ਆ ਜੀ। ਤੇ ਨਾਲ ਉਹਨਾਂ ਨੇ ਭੇਜ ਦੱਸਿਆ ਕਿ ਆਹ ਚੀਜ਼ ਦਾ ਤੁਸੀਂ ਸੇਵਨ ਨਹੀਂ ਕਰਨਾ। ਡਾਕਟਰ ਸਾਹਿਬ ਨੂੰ ਹੀ ਫੋਲੋ ਕੀਤਾ ਤੇ ਉਹਦੇ ਨਾਲ ਆਪਾਂ ਨੂੰ ਬਿਲਕੁਲ ਰਿਲੀਫ ਮਿਲਿਆ। ਤੋ ਆਪਕੋ ਕੈਸੇ ਪਤਾ ਚਲਾ ਕਿ ਆਪਕੇ SGPT SGOT ਬੜਾ ਹੋਇਆ ਹੈ? ਆਪਕੋ ਕਿਆ ਸਿੰਪਟਮਸ ਆ ਰਹੇ ਥੇ? ਮੈਡਮ ਮੈਨੂੰ ਨਾ ਉਹਦੇ ਕਰਕੇ ਜਿਸ ਤਰ੍ਹਾਂ ਖਾਦਾ ਪੀਤਾ ਜਿਸ ਤਰ੍ਹਾਂ ਮੇਰਾ ਪੇਟ ਭਾਰੀ ਪੰਜਾ ਰਹਿੰਦਾ ਸੀ। ਅੱਛਾ। ਤੇ ਸਾਹ ਲੈਣ ਚ ਦਿੱਕਤ ਆਉਂਦੀ ਸੀ। ਅੱਛਾ ਜੀ। ਤੇ 2-3 ਜਿਸ ਤਰ੍ਹਾਂ ਨਿੱਕੀ ਨਿੱਕੀ ਪ੍ਰੋਬਲਮ ਯਾਨੀ ਕਿ ਭੁੱਖ ਘੱਟ ਲੱਗਣੀ ਤੇ ਥੋੜਾ ਜਿਹਾ ਵੀ ਮੈਂ ਯਾਨੀ ਕਿ ਰਨਿੰਗ ਕਰਨੀ ਤੇ ਮੈਨੂੰ ਯਾਨੀ ਕਿ ਉਹ ਇੰਜ ਲੱਗਦਾ ਕਿ ਜਿਸ ਤਰ੍ਹਾਂ ਮੇਰਾ ਸਾਹ ਫੁੱਲ ਗਿਆ। ਅੱਛਾ। ਹਾਂ, ਸਾਹ ਫੁੱਲਦੀ ਸੀ। ਠੀਕ ਹੈ ਠੀਕ ਹੈ। ਤੋ ਇਹ ਸਭ ਆਪਕੋ ਸਿੰਪਟਮਸ ਆ ਰਹੇ ਤੇ ਫਿਰ ਆਪਨੇ ਡਾਕਟਰ ਕੋ ਚੈੱਕ ਕਰਾਇਆ? ਡਾਕਟਰ ਸਾਹਿਬ ਦੀ ਫਿਰ ਮੈਂ ਉੱਥੇ ਅੰਮ੍ਰਿਤਸਰ ਤੋਂ ਹੀ ਟ੍ਰੀਟਮੈਂਟ ਕਰਵਾਇਆ, 4-5 ਸਾਲ ਕਰਵਾਇਆ। ਅੱਛਾ। ਤੇ ਉਹਨਾਂ ਨੂੰ ਯਾਨੀ ਕਿ ਕੋਈ ਸਮਝ ਨਹੀਂ ਲੱਗਦੀ ਕਿ ਪ੍ਰੋਬਲਮ ਕੀ ਆ। ਤੇ ਉਹ ਟੈਸਟ ਮੈਨੂੰ ਬਾਰ-ਬਾਰ ਕਹੀ ਜਾਂਦੇ ਸੀ, ਕੋਈ 1000 ਦਾ, ਕੋਈ 2000 ਦਾ, ਕੋਈ 5000 ਦਾ, ਯਾਨੀ ਕਿ ਪੂਰੀ ਬਾਡੀ ਦਾ ਟੈਸਟ ਕਰਵਾ ਲਏ ਲੇ ਉਹਨਾਂ ਨੂੰ ਪ੍ਰੋਬਲਮ ਦੀ ਸਮਝ ਨਹੀਂ ਲੱਗੀ। ਪਰ ਡਾਕਟਰ ਸਾਹਿਬ ਨੇ ਮੇਰੇ ਕੋਲ ਟੈਸਟ ਕੋਈ ਨਹੀਂ ਕਰਵਾਇਆ। ਅੱਛਾ ਜੀ। ਤੇ ਇਹਨਾਂ ਨੇ ਯਾਨੀ ਕਿ ਮੈਨੂੰ ਮੈਡੀਸਨ ਦਿੱਤੀ ਉਹਦੇ ਨਾਲ ਮੈਨੂੰ ਰਿਲੀਫ ਮਿਲ ਗਈ। ਹਾਂਜੀ, ਕਿਉਂਕਿ ਆਯੁਰਵੈਦ ਮੇ ਬਹੁਤ ਪੁਰਾਣੇ ਹੈ ਨਾ ਟੈਕਨੀਕ ਹੈ, ਪਦਤੀ ਹੈ। ਤੋ ਸਿੰਪਟਮਸ ਦੇਖ ਕੇ ਔਰ ਨਾੜੀ ਦੇਖ ਕੇ ਔਰ ਕਾਫੀ ਚੀਜ਼ਾਂ ਦੇਖ ਕੇ ਆਯੁਰਵੈਦਿਕ ਡਾਕਟਰਸ ਪਤਾ ਲਗਾ ਲੈਤੇ ਹੈ ਕਿ ਕਿਆ ਪ੍ਰੋਬਲਮ ਹੈ। ਤੋ ਜ਼ਿਆਦਾਤਰ ਕੇਸਿਸ ਮੇ ਟੈਸਟ ਨਹੀਂ ਕਰਾਣੇ ਕੀ ਜ਼ਰੂਰਤ ਨਹੀਂ। ਬਿਲਕੁਲ, ਡਾਕਟਰ ਸਾਹਿਬ ਨੇ ਤੇ ਸਾਨੂੰ ਅੱਜ ਤੱਕ ਨਹੀਂ ਕਿਹਾ ਵੀ ਤੁਸੀਂ ਟੈਸਟ ਕਰਵਾਓ। ਅਸੀਂ ਆਪਣੀ ਯਾਨੀ ਕਿ ਜਿਸ ਤਰ੍ਹਾਂ ਨਾ ਉਹ ਸੰਤੁਸ਼ਟ ਮਨ ਵਾਸਤੇ ਉਹ ਕਰਵਾ ਲਈਦਾ ਆ। ਹਾਂਜੀ ਹਾਂਜੀ, ਕੋਈ ਪ੍ਰੋਬਲਮ ਜ਼ਿਆਦੀ ਨਾ ਵਧੀ ਹੋਵੇ ਜੀ। ਤੋ ਕੌਨ ਸੇ ਸਨ ਮੇ ਕਿੰਨੇ ਮਹੀਨੇ ਪਹਿਲੇ ਆਏ ਥੇ ਆਪ ਆਪਣੇ ਲਈ ਮੈਡੀਸਿਨ ਲੈਣੇ? 2000 ਸ਼ਾਇਦ ਮੈਡਮ 20 ਦੇ ਜਾਂ 19-20 ਚ ਆਇਆ ਸੀ ਮੈਂ। ਅੱਛਾ ਜੀ। ਤੇ ਹੁਣ ਮੇਰੇ ਮੈਡਮ ਇੱਕ ਉਹ ਯਾਨੀ ਕਿ ਸਟੋਨ ਆ ਗਈ, ਉਹਦੀ ਮੈਂ ਸਲਾਹ ਲੈਣ ਆਇਆ। ਅੱਛਾ। ਹਾਂਜੀ। ਤੋ ਉਹ ਜੋ ਆਪਕੀ ਸਾਂਸ ਲੈਣੇ ਕੀ ਸਮੱਸਿਆ ਸੀ ਉਹ ਠੀਕ ਹੋ ਚੁੱਕੀ ਹੈ? ਉਹ ਠੀਕ ਹੈ ਮੈਡਮ। ਅੱਛਾ। ਤੋ ਕਿੰਨੇ ਮਹੀਨੇ ਆਪਕੋ ਦਵਾਈ ਖਾਣੀ ਪੜੀ?
ਉਹ ਮੈਡਮ ਡਾਕਟਰ ਸਾਹਿਬ ਨੇ 3 ਮਹੀਨੇ ਕਿਹਾ ਸੀ। ਮੈਂ ਜਿਸ ਤਰ੍ਹਾਂ ਮੈਂ ਤੇ ਯਾਨੀ ਕਿ ਪਹਿਲਾਂ ਪਰੇਸ਼ਾਨ ਰਿਹਾ ਹਾਂ ਬਾਰ ਬਾਰ, ਤੇ ਉਹਦੇ ਵਾਸਤੇ ਫਿਰ ਮੈਂ ਮੈਡਮ 4-5 ਮਹੀਨੇ ਲਗਾਤਾਰ ਮੈਂ ਵੱਧ ਖਾ ਲਈ ਸੀ। ਅੱਛਾ ਅੱਛਾ ਜੀ, ਤਾਂ 3 ਮਹੀਨੇ ਮੈਂ ਆਪ ਬਿਲਕੁਲ ਠੀਕ ਹੋ ਗਏ। ਉਹ ਤਾਂ ਮੈਡਮ ਮੈਨੂੰ ਪਹਿਲੇ ਹਫਤੇ ਜੀ ਰਿਲੀਫ ਮਿਲ ਗਈ। ਅੱਛਾ ਹਾਂ, ਓਕੇ ਓਕੇ ਓਕੇ। ਉਹ ਫਿਰ ਡਾਕਟਰ ਸਾਹਿਬ ਨੇ ਮੈਨੂੰ ਕੋਰਸ ਦੱਸਿਆ ਸੀ ਕਿ ਇੰਨਾ ਟਾਈਮ ਇਹਦਾ 3 ਮਹੀਨੇ ਦਾ ਕੋਰਸ ਆ, ਪਰ ਮੈਂ ਕੋਰਸ ਤੋਂ 2 ਮਹੀਨੇ ਵੱਧ ਖਾ ਲਈ ਕਿ ਕੱਲ ਨੂੰ ਮੁੜ ਕੇ ਫੇਰ ਦੁਬਾਰਾ ਪ੍ਰੋਬਲਮ ਨਾ ਹੋਏ। ਤਾਂ ਅਭੀ ਕਾਫੀ ਸਾਲ ਹੋ ਗਏ, ਮਤਲਬ 4 ਸਾਲ ਲਗਭਗ ਹੋ ਗਏ, ਤੋ ਉਸਕੇ ਬਾਅਦ ਕਭੀ ਆਪਕੋ ਦੁਬਾਰਾ ਉਸ ਪ੍ਰੋਬਲਮ ਕੋ ਫੇਸ ਕਰਨਾ ਪੜਾ, ਕੋਈ ਹੋਰ ਸਿੰਪਟਮਸ ਆਏ ਉਸ ਸੇ? ਨਹੀਂ, ਉਹਦੀ ਕੋਈ ਪ੍ਰੋਬਲਮ ਨਹੀਂ ਆਈ ਆਪਾਂ। ਠੀਕ ਹੈ ਜੀ, SGPT ਆਪਨੇ ਟੈਸਟ ਕਰਾਇਆ ਵੀ, ਉਹ ਵੀ ਠੀਕ ਹੈ? ਉਹ ਠੀਕ ਹੈ ਮੈਡਮ ਜੀ। ਤੋ ਅਭੀ ਆਪਕੋ ਸਟੋਨ ਆਪਨੇ ਬਹੁਤ ਬਤਾਇਆ, ਜੈਸੇ ਕਿ ਆਪਕੀ ਪਿੱਤ ਕੀ ਥੈਲੀ ਮੇ ਸਟੋਨ ਹੈ, ਤੋ ਇਹ ਕੈਸੇ ਪਤਾ ਚਲਾ ਆਪਕੋ ਔਰ ਕਬ ਸੇ ਹੈ? ਇਹ ਮੈਡਮ ਮੈਂ ਯਾਨੀ ਕਿ ਨਾ ਮੇਰੇ ਯਾਨੀ ਕਿ ਦਰਦ ਹੁੰਦਾ ਸੀ ਪੇਟ ਦੇ ਵਿੱਚ, ਤੋ ਯਾਨੀ ਕਿ ਬੈਕ ਨੂੰ ਜਾਂਦੀ ਸੀ ਪੇਨ, ਤੇ ਉਹ ਮੈਨੂੰ ਫਿਰ ਥੋੜਾ ਜਿਹਾ ਪਤਾ ਸੀ ਕਿ ਯਾਨੀ ਕਿ ਜਦੋਂ ਪੇਟ 'ਚ ਦਰਦ ਹੋ ਕੇ ਬੈਕ ਨੂੰ ਜਾਂਦੀ ਆ ਤੇ ਉਹ ਸਟੋਨ ਦੀ ਪ੍ਰੋਬਲਮ ਹੁੰਦੀ ਆ ਜੀ। ਉਹ ਫਿਰ ਮੈਂ ਅਲਟਰਾਸਾਊਂਡ ਕਰਵਾਇਆ ਤੇ ਉਹਦੇ ਵਿੱਚ ਮੈਨੂੰ ਸਟੋਨ ਆਈ। ਅੱਛਾ ਜੀ, ਤੋ ਆਪ ਉਸਕੋ ਦਿਖਾਣੇ ਕੇ ਲਈ ਅਭੀ ਡਾਕਟਰ ਸਾਹਿਬ ਦੇ ਸਲਾਹ ਲੈ ਰਹੇ ਹਾਂ। ਹਾਂਜੀ, ਡਾਕਟਰ ਸਾਹਿਬ ਦੀ ਸਲਾਹ ਲੈਣ ਆਏ ਆ ਕਿ ਇਹ ਮੈਡੀਸਨ ਨਾਲ ਆਪਣੀ ਠੀਕ ਹੋ ਜਾਏਗੀ ਕਿ ਜਾਂ ਸਰਜਰੀ ਕਰਵਾਉਣੀ ਪੈਣੀ। ਅੱਛਾ, ਆਪ ਐਲੋਪੈਥਿਕ ਡਾਕਟਰਸ ਕੋ ਦਿਖਾਇਆ ਆਪਨੇ? ਨਹੀਂ, ਮੈਂ ਉਹਨਾਂ ਨੂੰ ਦਿਖਾਇਆ ਹੀ ਨਹੀਂ। ਅੱਛਾ, ਮੈਂ ਕਿਉਂਕਿ ਯਾਨੀ ਕਿ ਐਲੋਪੈਥੀ ਫਿਰ ਛੱਡ ਹੀ ਦਿੱਤੀ ਹੈ ਮੈਡਮ 4 ਸਾਲ ਤੋਂ। ਮੈਂ ਕੋਈ ਛੋਟੀ ਮੋਟੀ ਪ੍ਰੋਬਲਮ ਹੋਵੇ ਕਿ ਮੇਰੇ ਕੋਲ ਇੱਥੇ ਨਹੀਂ ਆਇਆ ਜਾਣਾ, ਫਿਰ ਮੈਂ ਜਿਸ ਤਰ੍ਹਾਂ ਮੰਨ ਲਓ ਫੀਵਰ ਹੋ ਗਿਆ ਜਾਂ ਕੋਈ ਹੋਰ ਨਿੱਕੀ ਮੋਟੀ ਕੋਈ ਪ੍ਰੋਬਲਮ ਹੋ ਗਈ, ਉਹ ਮੈਡੀਸਨ ਲਈ ਦੀ। ਅਦਰਵਾਈਜ਼ ਮੈਂ ਮੈਡਮ ਆਪਣੇ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਟੈਸਟ ਕਰਵਾ ਕੇ ਜੇ ਕੋਈ ਨਿੱਕੀ ਪ੍ਰੋਬਲਮ ਆਉਂਦੀ ਫਿਰ ਇੱਥੇ ਹੀ ਆਈਦਾ। ਅੱਛਾ, ਤਾਂ ਮਤਲਬ ਆਯੁਰਵੇਦ ਮੈਂ ਪੂਰਾ ਭਰੋਸਾ ਹੋ ਗਿਆ? ਹਾਂ ਮੈਡਮ, ਭਰੋਸਾ ਜੀ, ਹੁਣ ਪੂਰਾ ਭਰੋਸਾ ਜੀ। ਤਾਂ ਲੋਗੋ ਕੋ ਕੋਈ ਐਸਾ ਮੈਸੇਜ ਦੇਣਾ ਚਾਹੇਂਗੇ, ਕਿਉਂਕਿ ਲੋਗ ਨਾ ਜਲਦੀ ਸੇ ਮੰਨਤੇ ਨਹੀਂ ਹੈ, ਉਹਨੇ ਲੱਗਤਾ ਹੈ ਕਿ ਕਿਆ ਆਯੁਰਵੇਦ ਮੇਂ ਕੁਛ ਨਹੀਂ ਹੈ, ਉਹ ਚੂਰਨ ਚਟਨੀਆਂ ਅਸੀਂ ਦੇ ਦੇਤੇ ਹੈ ਔਰ ਪਤਾ ਨਹੀਂ ਆਰਾਮ ਵੀ ਆਏਗਾ ਕਿ ਨਹੀਂ। ਐਲੋਪੈਥ ਕੀ ਤਰਫ ਅਭੀ ਵੀ ਬਹੁਤ ਜ਼ਿਆਦਾ ਝੁਕਾਵ ਹੈ ਲੋਗੋ ਕਾ, ਤੋ ਕਿਆ ਆਪ ਉਨਕੋ ਮੈਸੇਜ ਦੇਣਾ ਚਾਹਤੇ ਹੈਂ? ਮੈਡਮ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਦੇਖੋ, ਕਈ ਜਿਸ ਤਰ੍ਹਾਂ ਵੇਖੋ ਨਾ, ਕਹਿੰਦੇ ਜਿਹਨੂੰ ਜਿੱਥੋਂ ਆਰਾਮ ਆ ਗਿਆ ਉਹਦੇ ਵਾਸਤੇ ਉਹ ਰੱਬ ਹੁੰਦਾ। ਮੇਰੇ ਵਾਸਤੇ ਤਾਂ ਡਾਕਟਰ ਵਿਕਰਮ ਚੌਹਾਨ ਜੀ ਰੱਬ ਨੇ, ਕਿਉਂਕਿ ਮੰਨ ਲਓ ਮੈਂ ਬਹੁਤ ਪਰੇਸ਼ਾਨ ਰਿਹਾ, ਜਿਹੜੀ ਚੀਜ਼ ਦਾ ਮੰਨ ਲਓ 4 ਸਾਲ ਲਗਾਤਾਰ ਬੰਦੇ ਨੇ ਮੈਡੀਸਨ ਲਈ ਹੋਵੇ, ਉਹ ਬੰਦੇ ਦੇ ਮਨ ਦੇ ਵਿੱਚ ਆਉਂਦਾ ਪਤਾ ਨਹੀਂ ਮੈਂ ਠੀਕ ਹੋਣਾ ਕਿ ਨਹੀਂ ਹੋਣਾ। ਤੇ ਬਾਕੀ ਮੈਡਮ ਐਲੋਪੈਥੀ ਜਿਹੜੀ ਮੈਡੀਸਨ ਹੈ ਨਾ, ਉਹ ਵੇਖੋ ਤੁਸੀਂ ਇੱਕ ਪ੍ਰੋਬਲਮ ਹੈ ਨਾ ਉਹ ਠੀਕ ਜ਼ਰੂਰ ਕਰ ਦੂਗੀ, ਠੀਕ ਨਹੀਂ ਕਰੂਗੀ ਕੰਟਰੋਲ ਕਰ ਦੂਗੀ, ਉਹ ਕੰਟਰੋਲ ਕਰ ਦੂਗੀ, ਪਰ ਉਹਦੇ ਨਾਲ 4 ਰੋਗ ਪੈਦਾ ਹੋਰ ਕਰੂਗੀ। ਤੇ ਜਿਹੜੀ ਮੈਡਮ ਐਰੋਵੈਦਿਕ ਮੈਡੀਸਨ ਹੈ ਨਾ, ਵੇਖੋ ਯਾਨੀ ਕਿ ਕਿਸੇ ਨੂੰ ਕੁਝ ਲੱਗੇ ਸੋਚ ਚ, ਪਰ ਮੈਨੂੰ ਇੰਨਾ ਪਤਾ ਕਿ ਮੈਂ 1 ਰੋਗ ਵਾਸਤੇ ਉਹ ਦਵਾਈ ਖਾਧੀ, ਉਹਨੇ 4 ਰੋਗ ਨਾਲ ਹੋਰ ਠੀਕ ਜੀ। ਬਿਲਕੁਲ, ਹਾਂ ਮੈਂ ਇਹੋ ਕਹਿਣਾ ਚਾਹੁੰਦਾ ਕਿ ਐਲੋਪੈਥੀ ਜਿਹੜੀ ਹੈ ਨਾ, ਵੇਖੋ ਆਪਣਾ ਪਿੱਛੇ ਮੈਡਮ ਜਿਹੜੇ ਰਾਜੇ ਮਹਾਰਾਜੇ ਸੀ ਉਹ ਵੀ ਦੇਖ ਲਓ ਕਿ ਯਾਨੀ ਕਿ ਮੰਨ ਲਓ ਗ੍ਰੰਥ ਪੜ੍ਹ ਕੇ ਜਾਂ ਕੋਈ ਵੇਦ ਪੜ੍ਹ ਕੇ ਵੇਖ ਲਓ, ਉਹ ਵੀ ਆਪਣਾ ਜ਼ਿਆਦਾ ਸੇਵਨ ਜਿਹੜਾ ਉਹ ਜੜੀਆਂ ਬੂਟੀਆਂ ਦਾ ਕਰਦੇ ਰਹੇ ਆ, ਤੇ ਇਹ ਵੀ ਜੜੀਆਂ ਬੂਟੀਆਂ ਤੋਂ ਹੀ ਕੀਤੀ ਗਈ ਜਿਹੜੀ ਮੈਡੀਸਨ ਤਿਆਰ ਆ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ। ਮੰਨ ਲਓ ਜੇ ਕਿਸੇ ਨੂੰ ਕੋਈ ਫਾਇਦਾ ਕਿਸੇ ਟਾਈਮ ਨਹੀਂ ਹੋਇਆ ਕਿ ਮੈਡੀਸਨ ਤੋਂ, ਤੇ ਇਹਦਾ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਆ ਕਿ ਜਿੱਦਾਂ ਕੋਈ ਕਹਿ ਦਿੰਦਾ ਕਿ ਉਹ ਚੀਜ਼ ਦਾ ਯਾਰ ਸਾਈਡ ਇਫੈਕਟ ਆ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ। ਬਿਲਕੁਲ, ਐਸੇ ਬੋਲ ਸਕਤੇ ਹਮ ਕਿ ਐਲੋਪੈਥਿਕ ਕੇ ਸਾਥ ਸਾਈਡ ਇਫੈਕਟ ਹੋਤੇ ਹੈਂ ਔਰ ਆਯੁਰਵੈਦਿਕ ਕੇ ਸਾਥ ਸਾਈਡ ਬੈਨੀਫਿਟ ਹੋ ਜਾਤੇ ਹੈਂ। ਇਹ ਤੇ ਮੈਡਮ ਮੰਨ ਲਓ ਹਰ ਇੱਕ ਨੂੰ ਹੀ ਪਤਾ ਹੈ। ਮੰਨ ਲਓ ਮੈਂ ਹੁਣੇ ਹੀ ਥੱਲੇ ਡਾਕਟਰ ਸਾਹਿਬ ਕੋਲੋਂ ਇੱਕ ਪੇਸ਼ੈਂਟ ਆਇਆ ਸੀ, ਉਹ ਕਹਿਣ ਡੇ ਸੀ ਕਿ ਸਾਡੇ ਨਾ ਉਹ ਹੈਗੀ ਆ ਉਹਨੂੰ ਯਾਨੀ ਕਿ ਜਿਹੜੀ ਡਾਇਲਸਿਸ ਹੁੰਦੀਆਂ, ਡਾਕਟਰ ਸਾਹਿਬ ਕਹਿੰਦੇ ਸੀ ਕਿ
ਤੁਸੀਂ ਉਹ ਡਾਇਲਸਿਸ ਜੇ ਹੋ ਵੀ ਰਹੇ ਹਨ ਤੇ ਤੁਸੀਂ ਉਹ ਪੇਸ਼ੈਂਟ ਨੂੰ ਵੀ ਲੈ ਉਹ ਠੀਕ ਹੋ ਜਾਏਗਾ। ਹਾਂਜੀ ਤੇ ਉਹ ਮੈਨੂੰ ਪਤਾ ਠੀਕ ਹੋ ਜਾਏਗਾ, ਹੋ ਸਕਦਾ ਉਹ ਪਹਿਲੀ ਵਾਰੀ ਆਏ ਹੋਣ, ਉਹਨਾਂ ਦਾ ਮਨ ਨਾ ਟਿਕੇ, ਪਰ ਮੈਨੂੰ ਇੰਨਾ ਭਰੋਸਾ ਵੀ ਜੇ ਉਹ ਇੱਥੇ ਆ ਜਾਣਗੇ ਉਹ ਠੀਕ ਹੋ ਜਾਏਗਾ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਤੋ ਬਹੁਤ ਹੀ ਮਤਲਬ ਆਪਨੇ ਵਿਸ਼ਵਾਸ ਸਭ ਕਾਇਮ ਕਰ ਰੱਖਾ ਹੈ ਔਰ ਮੈਨੂੰ ਲੱਗਤਾ ਹੈ ਕਿ ਆਪ ਲੋਗੋਂ ਕੋ ਵੀ ਜਾਗਰੂਕ ਡੈਫੀਨੇਟਲੀ ਕਰ ਰਹੇ ਹੈ। ਮੈਂ ਕਮ ਸੇ ਕਮ ਜ਼ਿਆਦਾ ਨਹੀਂ ਨਾ ਤੇ 25-30 ਪੇਸ਼ੈਂਟ ਮੈਂ ਭੇਜ ਦਿੱਤੇ ਹੋਣੇ ਇੱਥੇ, ਤੇ ਉਹ ਮੰਨ ਲਓ ਠੀਕ ਵੀ ਹੋਏ ਆ ਉਹ ਬੰਦਿਆਂ ਨੇ ਮੈਨੂੰ, ਯਾਨੀ ਕਿ ਚਲੋ ਜਦੋਂ ਕੋਈ ਮਿਲਦਾ ਜਾ ਕੇ ਮੈਡੀਸਨ ਲੈਂਦਾ ਉਹ ਫਿਰ ਆਪੇ ਦੱਸਦਾ ਕਿ ਮੈਨੂੰ ਹਾਂ ਅੱਗੇ ਨਾਲੋਂ ਮੈਂ ਠੀਕ ਹਾਂ। ਹਾਂਜੀ ਹਾਂਜੀ, ਡਾਕਟਰ ਸਾਹਿਬ ਨੇ ਆਪਕੋ ਡਾਈਟ ਵੀ ਦਿੱਤੀ ਦਵਾਈ ਕੇ ਸਾਥ ਸਾਥ? ਡਾਈਟ ਉਹਨਾਂ ਨੇ ਮੈਡਮ ਸਾਨੂੰ, ਉਹ ਤੁਹਾਨੂੰ ਪਤਾ ਕਿ ਮੈਨੂੰ ਬਣਾਇਆ ਹੁੰਦਾ ਉਹਨਾਂ ਨੇ, ਡਾਕਟਰ ਸਾਹਿਬ ਨੇ ਉਹ ਦੇ ਦਿੰਦੇ ਆ ਕਿ ਤੁਸੀਂ ਆਹ ਚੀਜ਼ਾਂ ਖਾਣੀਆਂ ਆਹ ਨਹੀਂ ਖਾਣੀਆਂ। ਤੇ ਹਾਂ ਇੱਕ ਚੀਜ਼ ਮੈਡਮ ਹੈਗੀ ਆ ਕਿ ਵੇਖੋ ਮੈਡੀਸਨ ਦੇ ਨਾਲ ਅਸੀਂ ਜੋ ਡਾਕਟਰ ਸਾਹਿਬ ਪਰਹੇਜ਼ ਦੱਸਦੇ ਹਨ ਉਹਨੂੰ ਮੰਨ ਲਓ ਆਪਾਂ ਨੂੰ ਫੋਲੋ ਕਰਨਾ ਪੈਣਾ, ਜੇ ਉਹ ਨਹੀਂ ਕਰਦੇ ਤੇ ਫਿਰ ਜਿੱਥੇ ਆਪਾਂ ਨੂੰ 3 ਮਹੀਨੇ ਦਵਾਈ ਦੱਸਦੇ ਡਾਕਟਰ ਸਾਹਿਬ ਉਹ ਡਬਲ ਹੋ ਜਾਂਦੀ ਹੈ। ਫਿਰ ਜੇ ਤੁਸੀਂ ਪਰਹੇਜ਼ ਕਰੋਗੇ ਮੰਨ ਲਓ ਉਸ ਚੀਜ਼ ਦਾ 2-3 ਮਹੀਨੇ ਯਾਨੀ ਕਿ ਕਰ ਲਓ ਤੇ ਫਿਰ ਉਹ ਜਿਹੜੀ ਹੈ ਪ੍ਰੋਬਲਮ ਛੇਤੀ ਕਵਰ ਹੋ ਜਾਂਦੀ। ਬਿਲਕੁਲ ਬਿਲਕੁਲ, ਤਾਂ ਆਪਨੇ ਪੂਰੀ ਡਾਈਟ ਫੋਲੋ ਕੀ ਹੋ ਗਈ? ਮੈਂ ਪੂਰੀ ਡਾਈਟ, ਹਾਂ ਵਿਦਿਨ 3 ਮੰਥ ਡਾਕਟਰ ਸਾਹਿਬ ਨੇ ਮੈਨੂੰ ਮਿਲਕ ਪ੍ਰੋਡਕਟ ਬੰਦ ਕੀਤੇ ਸੀ ਤੇ ਮੈਂ ਮਿਲਕ ਪ੍ਰੋਡਕਟ ਯਾਨੀ ਕਿ ਉਹ ਨਹੀਂ ਲੈਂਦਾ ਕੋਈ ਜੀ, ਉਹਨਾਂ ਕਿਹਾ ਸੀ ਕਿ ਇਨਾ ਚਿਰ ਤੁਸੀਂ ਨਹੀਂ ਲੈਣੇ। ਮੈਂ ਕਿਹਾ ਠੀਕ ਹੈ ਜੀ। ਚਲੇ ਬਹੁਤ ਬਹੁਤ ਥੈਂਕ ਯੂ ਸਰ ਆਪਕਾ, ਆਪ ਆਏ ਔਰ ਲੋਗੋਂ ਕੇ ਸਾਥ ਆਪਣੇ ਵਿਚਾਰ ਆਪਣੇ ਸ਼ੇਅਰ ਕੀਏ। ਡੈਫੀਨੇਟਲੀ ਆਪ ਲੋਗੋਂ ਕੋ ਵੀ ਬਹੁਤ ਹੈਲਪ ਮਿਲੇਗੀ ਇਨਕੇ ਥੋਟ ਸੇ, ਇਨਕੇ ਸਫ਼ਰ ਸੇ, ਔਰ ਆਪ ਵੀ ਆਪਣਾ ਸਫ਼ਰ ਆਯੁਰਵੈਦ ਕੇ ਸਾਥ ਸ਼ੁਰੂ ਕਰੇਂਗੇ। ਅਗਰ ਆਪ ਕਿਸੀ ਵੀ ਸਮੱਸਿਆ ਸੇ ਪਰੇਸ਼ਾਨ ਹੈ ਤੋ ਆਪ ਪਲੈਨਟ ਆਯੁਰਵੈਦਾ ਕੰਸਲਟ ਕਰ ਸਕਦੇ ਹੈ। ਡਾਕਟਰ ਸਾਹਿਬ ਓਪੀਡੀ ਮੈਂ ਆਪ ਵਿਜ਼ਿਟ ਕਰ ਸਕਦੇ ਹੈ, ਡਾਕਟਰ ਸਾਹਿਬ ਸੇ ਮਿਲ ਸਕਦੇ ਹੈ, ਔਰ ਸਾਥ ਹੀ ਔਨਲਾਈਨ ਵੀ ਆਪ ਕੰਸਲਟ ਕਰ ਸਕਦੇ ਹੈ। ਪਲੈਨਟ ਆਯੁਰਵੈਦਾ ਕੇ ਆਯੁਰਵੈਦਿਕ ਐਕਸਪਰਟ ਡਾਕਟਰਸ ਆਪਕੇ ਲਈ ਮੌਜੂਦ ਹੈ। ਅਭੀ ਦੀਜੀਏ ਇਜਾਜ਼ਤ, ਫਿਰ ਮਿਲੇਂਗੇ, ਨਮਸਕਾਰ। ਲਿਵਰ, ਕਿਡਨੀ, ਲੰਗਸ, ਸਕਿਨ, ਦਿਲ, ਪੇਟ, ਘੁਟਨੇ, ਸਿਰ, ਪੈਰ ਜਾਂ ਬਾਡੀ ਕੇ ਕਿਸੇ ਵੀ ਪਾਰਟ ਸੇ ਜੁੜੀ ਹੋ ਕੋਈ ਵੀ ਸਮੱਸਿਆ, ਅਭੀ ਕਾਲ ਯਾ ਵਟਸਐਪ ਕਰੇ ਔਰ ਘਰ ਬੈਠੇ ਸਮਾਧਾਨ ਪਾਏ 6209-123456 ਪਰ। ਹਾਂਜੀ, ਅਬ ਸਭ ਬਿਮਾਰੀਓਂ ਕਾ ਇਲਾਜ ਹੈ ਬਹੁਤ ਆਸਾਨ, ਆਪਕੀ ਸਿਹਤ ਸੇ ਜੁੜੀ ਹਰ ਸਮੱਸਿਆ ਕਾ ਸਮਾਧਾਨ ਮਿਲ ਰਹਾ ਹੈ ਘਰ ਬੈਠੇ। ਅਬ ਆਪ ਦੁਨੀਆ ਕੇ ਕਿਸੀ ਵੀ ਕੋਨੇ ਸੇ ਟੌਪ ਪਲੈਨਟ ਆਯੁਰਵੇਦਾ ਐਕਸਪਰਟ ਸੇ ਔਨਲਾਈਨ ਬਾਤ ਕਰੇ, ਪਰਾਮਰਸ਼ ਲੇ ਔਰ ਦਵਾ ਕੀ ਵੀ ਕਰਵਾਏ ਹੋਮ ਡਿਲੀਵਰੀ। ਹੈਲਥ ਪ੍ਰੋਬਲਮਸ ਕੋਈ ਵੀ ਹੋ, ਸੋਲੂਸ਼ਨ ਸਿਰਫ ਏਕ, www.planetayurveda.com, ਪੂਰੇ ਪਲੈਨਟ ਕੀ ਸਿਹਤ ਕਾ ਨੰਬਰ 1 ਸਾਥੀ।